ਅਸਲਾਮੁਅਲੈਕੁਮ ਸੱਜਣੋ ਅਤੇ ਮਿੱਤਰੋ, ਭੈਣੋ ਅਤੇ ਭਰਾਵੋ, ਛੋਟੇ ਤੋਂ ਵੱਡੇ ਹੋ, ਵਿਹਲੇ ਤੇ ਕਾਮਿਆਂ, ਤੁਹਾਡਾ ਆਪਣਾ ਵੀਰ ਚੌਧਰੀ ਬ੍ਰੈਂਡ। ਉਮੀਦ ਕਰਦਾ ਤੁਸੀਂ ਸਾਰੇ ਖੈਰ ਨਾਲ ਖੁਸ਼ਬਾਸ਼ ਹੋ ਗਏ। ਅਲਹਮਦੁਲਿਲਾ, ਮੈਂ ਵੀ ਠੀਕ ਠਾਕ। ਅੱਜ ਦੀ ਜਿਹੜੀ ਵੀਡੀਓ ਇਹ ਹੈਗੀ ਹੈ ਕਿ ਲੋਕਾਂ ਨੂੰ ਮੁਨਾਫਕ ਬਣਾਉਣ ਵਾਸਤੇ ਸਾਡਾ ਰਵੱਈਆ ਕੀ ਹੁੰਦਾ। ਕੁਛ ਲੋਕ ਐਸੇ ਫਨਕਾਰ ਆਰਟਿਸਟ ਹੁੰਦੇ ਨੇ ਕਿ ਕਿਸੇ ਦੇ ਡਰਾਉਣ ਦੀ ਵਜ੍ਹਾ ਤੋਂ, ਡਰ ਦੀ ਵਜ੍ਹਾ ਤੋਂ। ਇਹਦੇ ਵਿੱਚ ਦੋ ਪਹਿਲੂ ਹੈਗੇ ਨੇ, ਇੱਕ ਤਾਂ ਜਿਹੜਾ ਬੰਦਾ ਫਨਕਾਰ ਹੈਗਾ ਵਾ, ਇੱਕ ਉਹ ਬੰਦਾ ਵੀ ਜਿਹੜਾ ਡਰਾਉਣ ਵਾਲਾ, ਉਹਦੀ ਵੀ ਗਲਤੀ ਦੱਸਾਂਗਾ। ਜਿਹੜਾ ਫਨਕਾਰ ਬੰਦਾ ਨਾ, ਕਿਸੇ ਦੀ ਡਰ ਦੀ ਵਜ੍ਹਾ ਤੋਂ ਉਹੀ ਕੁਛ ਦਿਖਾਉਂਦਾ ਵਾ ਜੋ ਉਹ ਦੇਖਣਾ ਚਾਹੁੰਦਾ ਵਾ, ਉਹੀ ਕੁਛ ਸੁਣਾਉਂਦਾ ਵਾ ਜੋ ਸੁਣਨਾ ਚਾਹੁੰਦਾ ਵਾ। ਅਤੇ ਜਿਹੜਾ ਡਰਾਉਣ ਵਾਲਾ ਹੁੰਦਾ ਵਾ, ਉਹ ਇੰਨਾ ਜਾਬਰ, ਇੰਨਾ ਮਜ਼ਬੂਤ ਹੁੰਦਾ ਵਾ, ਉਹਦੇ ਖਿਲਾਫ ਜਿਹੜੀ ਕੋਈ ਗੱਲ ਕਰ ਰਿਹਾ ਹੋਵੇ, ਉਹਦੇ ਮੁਖਾਲਫਤ ਕੋਈ ਕਰ ਦੇਵੇ, ਜਾਂ ਉਹ ਕੋਈ ਗੱਲ ਸੁਣ ਰਿਹਾ ਹੋਵੇ, ਉਹਨੂੰ ਪਸੰਦ ਹੋਵੇ, ਉਹਦੀ ਮੁਖਾਲਫਤ ਕਰ ਦੇਵੇ। ਅਤੇ ਇਹਦੇ ਵਿੱਚ ਦੋ ਹੀ ਰਸਤੇ ਹੁੰਦੇ ਨੇ ਕਿ ਜਾਂ ਤਾਂ ਬੰਦਾ ਉਹਨਾਂ ਨੂੰ ਛੱਡ ਕੇ ਕਿਤੇ ਦੂਰ ਚੱਲ ਜਾਵੇ, ਜਾਂ ਜੋ ਸ਼ਿਕਾਰ ਹੈ ਬੋਲ ਰਹੇ ਨੇ, ਚਾਹ ਰਹੇ ਨੇ, ਉਹ ਕੁਛ ਕਰ ਲਵੇ। ਬੜੀ ਮਾਜ਼ਰਤ ਨਾਲ ਕਹਾਂਗਾ ਕਿ ਇਹ ਜਿਹੜਾ ਕੰਮ ਕਰਨਾ, ਇਹ ਮੁਨਾਫਕਤ ਹੁੰਦੀ ਹੈ ਕਿ ਜੋ ਬੰਦਾ ਕੁਛ ਕਰ ਰਿਹਾ, ਜਿਹੜਾ ਕੁਛ ਬੰਦਾ ਓਰਿਜਿਨਲ ਹੈਗਾ ਨਾ, ਉਹ ਨਹੀਂ ਹੈਗਾ, ਜਿਹੜਾ ਅਗਲਾ ਬੰਦਾ ਚਾਹ ਰਿਹਾ ਉਹ ਬਣ ਜਾਣਾ। ਮਤਲਬ ਜੋ ਜ਼ਿੰਦਗੀ ਚਾਹੁੰਦਾ ਵਾ, ਜਿਹੜੀ ਚੀਜ਼ ਉਹਨੂੰ ਪਸੰਦ ਆ, ਤੁਸੀਂ ਜਾ ਕੇ ਉਹਦੇ ਅੱਗੇ ਉਹੀ ਕਰੋਗੇ। ਇਹ ਮੁਨਾਫਕਤ ਹੈਗੀ ਕਿ ਆਪਣਾ ਆਪ ਤੁਸੀਂ ਪਿੱਛੇ ਕਰ ਦਿੱਤਾ, ਜੋ ਅਗਲਾ ਬੰਦਾ ਚਾਹ ਰਿਹਾ ਹੈਗਾ ਤੁਸੀਂ ਉਹੀ ਬਣ ਗਏ। ਇਹਦੇ ਵਿੱਚ ਜਿੱਦਾਂ ਕਿ ਹੁੰਦਾ ਵਾ ਨਾ, ਮੁਰਗੀ ਹੈਗੀ ਆਪਣੇ ਬੱਚਿਆਂ ਨੂੰ ਜਦੋਂ ਤੱਕ ਆਪਣੇ ਪਰਾਂ ਦੇ ਥੱਲੇ ਰੱਖਦੀ ਆ, ਉਨੀ ਦੇਰ ਤੱਕ ਵੱਧ ਨਹੀਂ ਸਕਦੇ ਹੈਗੇ, ਉਹ ਅੱਗੇ ਨਹੀਂ ਵੱਧ ਸਕਦੇ। ਜਦੋਂ ਪਰਾਂ ਤੋਂ ਆਪਣੇ ਜੁਦਾ ਕਰ ਦਿੰਦੀ ਆ, ਉਹ ਆਹਿਸਤਾ ਆਹਿਸਤਾ ਬਣਨਾ ਸ਼ੁਰੂ ਹੋ ਜਾਂਦੇ। ਇੱਦਾਂ ਹੀ ਵਾਲਦੈਨ ਹੈਗੇ ਨੇ ਕਿ ਕੁਛ ਵਾਲਦੈਨ ਐਸੇ ਹੁੰਦੇ ਨੇ ਕਿ ਇੰਨੀ ਬੱਚੇ 'ਤੇ ਸਖਤੀ ਕਰਦੇ ਨੇ, ਛੋਟੀਆਂ ਛੋਟੀਆਂ ਗੱਲਾਂ 'ਤੇ ਨਾ ਉਹਨਾਂ ਨੂੰ ਰੋਕ ਟੋਕ ਕਰਦੇ ਨੇ। ਅਤੇ ਫਿਰ ਉਹੀ ਨਜ਼ਰੀਆ ਬਣਦਾ ਕਿ ਬੱਚੇ ਵੀ ਫਿਰ ਉੱਦਾਂ ਹੀ ਹੋਣਾ ਸ਼ੁਰੂ ਹੋ ਜਾਂਦੇ ਨੇ। ਕੁਛ ਬੰਦਿਆਂ ਦਾ ਰਵੱਈਆ ਐਸਾ ਹੁੰਦਾ ਵਾ ਕਿ ਹਰ ਗੱਲ 'ਤੇ ਟੋਕ ਕਰਨਾ, ਉਹਨਾਂ ਦੀ ਹਰ ਗੱਲ ਕੰਮ ਚੈੱਕ ਕਰਨਾ, ਉਹ ਖਾ ਉਹਨਾਂ ਦਾ ਮੁਲਾਜ਼ਮਤ ਹੋਵੇ, ਖਾ ਉਹਨਾਂ ਦਾ ਬੱਚਾ ਹੋਵੇ, ਉਹਨਾਂ ਦਾ ਟੀਮ ਮੈਂਬਰ ਹੋਵੇ, ਉਹ ਫਿਰ ਉੱਦਾਂ ਹੀ ਚਾਹੁਣ ਲੱਗ ਪੈਂਦੇ ਜਿੱਦਾਂ ਕਿ ਉਹ ਬੰਦਾ ਚਾਹ ਰਿਹਾ ਹੁੰਦਾ ਵਾ। ਇਹ ਮੁਨਾਫਕਤ ਹੁੰਦੀ ਆ। ਸਾਨੂੰ ਵੀ ਚਾਹੀਦਾ ਵਾ ਕਿ ਅਸੀਂ ਆਪਣੇ ਬੱਚਿਆਂ ਨੂੰ ਥੋੜ੍ਹੀ ਜਿਹੀ ਸਪੇਸ ਦੇਈਏ ਤਾਂ ਕਿ ਉਹ ਅੱਗੇ ਵੱਧ ਸਕਣ, ਆਪਣੀ ਫੈਮਿਲੀ ਨੂੰ ਕੁਛ ਕਰਕੇ ਦਿਖਾ ਸਕਣ। ਇਹ ਨਹੀਂ ਹੈਗਾ ਜੋ ਕੁਛ ਚਾਹ ਰਹੇ ਉਹੀ ਕਰਨ ਲੱਗ ਪੈਣ। ਜਿਹੜਾ ਬੰਦਾ ਚਾਹ ਰਿਹਾ ਹੋਵੇ, ਅਗਲਾ ਬੰਦਾ ਵੀ ਉੱਦਾਂ ਦਾ ਹੋ ਜਾਵੇ, ਆਪਣੀ ਓਰਿਜਨਲ ਜਿਹੜੀ ਗੱਲਬਾਤ ਹੁੰਦੀ ਉਹ ਖਤਮ ਕਰਕੇ। ਮਿਸਾਲ ਤੌਰ 'ਤੇ ਮੈਂ ਹੁਣ ਮੈਂ ਕਹਿੰਦਾ ਬਸ ਮੇਰੀ ਤਾਰੀਫਾਂ ਕਰੋ, ਹਰ ਬੰਦਾ ਕਿ ਮੇਰੀਆਂ ਤਾਰੀਫਾਂ ਕਰ ਰਿਹਾ, ਉਹ ਮੁਨਾਫਕਤ ਹੈਗੀ ਹੈ। ਕਿਉਂਕਿ ਅੱਛੀ ਗੱਲ ਜਿਹੜੀ ਹੁੰਦੀ ਨਾ, ਸੱਚੀ ਗੱਲ, ਉਹਦੇ ਸਾਹਮਣੇ ਜਾ ਕੇ ਕੋਈ ਕਰ ਨਹੀਂ ਸਕਦਾ, ਕਿਉਂਕਿ ਉਹਨੂੰ ਪਸੰਦ ਨਹੀਂ ਹੁੰਦੇ। ਐਡਾ ਜਾਬਰ ਗੁੱਸੇ ਵਾਲਾ ਵੀ ਕੋਈ ਬਾਜ਼ੁਕਾਤ ਬੰਦਾ ਹੁੰਦਾ ਵਾ ਕਿ ਸਾਡੀ ਮਜਬੂਰੀ ਨਹੀਂ ਬਣ ਜਾਂਦੀ ਹੈ ਕਿ ਅਸੀਂ ਉਹਦੇ ਸਾਹਮਣੇ ਜਾ ਕੇ ਉੱਦਾਂ ਹੀ ਕਰੀਏ। ਲੇਕਿਨ ਇਹਦੇ ਵਿੱਚ ਕੋਈ ਮਜਬੂਰੀ ਨਹੀਂ ਹੁੰਦੀ। ਅੱਲਾਹ ਤਾਲਾ, ਦੇਖੋ ਆਪਾਂ ਕਿੰਨੇ ਗੁਨਾਹਗਾਰ ਹੈਗੇ ਹਾਂ, ਆਪਣੀਆਂ ਕਿੰਨੀਆਂ ਗਲਤੀਆਂ ਹੈਗੀਆਂ, ਆਪਾਂ ਕੀ ਕੁਛ ਕਰਦੇ ਹੈਗੇ ਹਾਂ, ਅੱਲਾਹ ਤਾਲਾ ਫਿਰ ਵੀ ਆਪਾਂ ਨੂੰ ਦੇ ਰਿਹਾ ਵਾ। ਕਦੀ ਵੀ ਆਪਾਂ ਨੂੰ ਰਿਜ਼ਕ ਦੀ ਤੰਗੀ ਨਹੀਂ ਦਿੱਤੀ ਹੈਗੀ। ਕਦੀ ਇੱਦਾਂ ਹੋਇਆ ਕਿ ਕੋਈ ਅੱਜ ਉੱਠਿਆ ਹੈਗਾ ਸਵੇਰ ਨੂੰ ਤਾਂ ਉਹਨੇ ਨਾਸ਼ਤਾ ਨਾ ਕੀਤਾ ਹੋਵੇ, ਦੁਪਹਿਰ ਦਾ ਖਾਣਾ ਨਾ ਖਾਧਾ ਹੋਵੇ, ਰਾਤ ਦਾ ਨਾ ਖਾਧਾ ਹੋਵੇ। ਚਲੋ ਦੁਨੀਆ ਦੇ ਵਿੱਚ ਕੁਛ ਲੋਕ ਲਾ ਲਓ ਕਿ ਇੱਕ ਟਾਈਮ ਰੋਟੀ ਖਾਂਦੇ ਹੋਣਗੇ, ਲੇਕਿਨ ਦੇਖੋ ਨਾ, ਅੱਲਾਹ ਤਾਲਾ ਉਹਨਾਂ ਨੂੰ ਵੀ ਦੇ ਰਿਹਾ ਹੈਗਾ ਵਾ ਜਿਹੜੇ ਕਿ ਇੰਨੇ ਗੁਨਾਹਗਾਰ ਨੇ, ਇੰਨੀਆਂ ਗਲਤੀਆਂ ਕਰਦੇ ਨੇ। ਅੱਲਾਹ ਤਾਲਾ ਉਹਨਾਂ ਨੂੰ ਸਾਰੇ ਚੀਜ਼ਾਂ ਨੂੰ ਸਾਈਡ 'ਤੇ ਰੱਖਦੇ, ਤਾਂ ਵੀ ਉਹਨਾਂ ਨੂੰ ਰਿਜ਼ਕ ਦੇ ਰਿਹਾ। ਜਦੋਂ ਅਸੀਂ ਮੁਨਾਫਕਤ ਕਰਨੀ ਸ਼ੁਰੂ ਕਰ ਦੇਵਾਂਗੇ, ਇੱਥੇ ਦੁਨੀਆ ਦੇ ਵਿੱਚ ਤਾਂ ਅਸੀਂ ਵਾਹ ਵਾਹ ਅਗਲੇ ਬੰਦੇ ਦੀ ਕਰ ਦੇਵਾਂਗੇ, ਲੇਕਿਨ ਆਖਰਤ ਦੇ ਵਿੱਚ ਜਾ ਕੇ ਨਾ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਸਾਨੂੰ ਬਹੁਤ ਸ਼ਰਮਿੰਦਗੀ ਦਾ ਬਾਇਸ ਬਣਾਉਣਗੀਆਂ। ਸਾਨੂੰ ਚਾਹੀਦਾ ਵਾ ਅਸੀਂ ਅਗਰ ਬੰਦੇ ਨੂੰ ਅਗਰ ਗੁੱਸੇ ਨਾਲ ਹੀ ਨਾ ਕਹਿ ਸਕਦੇ, ਕੰਮ ਸੇ ਕੰਮ ਉਹਨੂੰ ਪਿਆਰ ਮੁਹੱਬਤ ਨਾਲ ਸਮਝਾਈਏ ਕਿ ਜਿਹੜਾ ਕੁਛ ਤੂੰ ਕਰ ਰਿਹਾ ਇਹ ਗਲਤ ਹੈਗਾ ਵਾ, ਅਗਰ ਅਸੀਂ ਵੀ ਤੇਰੇ ਨਾਲ ਇਹ ਕਰਨਾ ਸ਼ੁਰੂ ਕਰ ਦਿੱਤਾ ਨਾ,
ਅਤੇ ਅਸੀਂ ਵੀ ਤੇਰੇ ਨਾਲ ਦੇ ਬਣ ਜਾਵਾਂਗੇ। ਇਹਦੇ ਵਿੱਚ ਗਲਤੀ ਉਸ ਬੰਦੇ ਦੀ ਵੀ ਹੁੰਦੀ ਆ ਜਿਹੜਾ ਕੁਛ ਉਹ ਚਾਹ ਰਿਹਾ ਹੁੰਦਾ ਨਾ ਕਿ ਮੈਨੂੰ ਜੋ ਮੈਂ ਚਾਹਵਾਂ ਉਹੀ ਮੇਰੇ ਸਾਹਮਣੇ ਆਵੇ, ਮੈਂ ਜੋ ਕੁਛ ਸੁਣਨਾ ਚਾਹਵਾਂ ਉਹੀ ਮੈਨੂੰ ਸੁਣਾਵੇ, ਜੋ ਕੁਛ ਮੈਂ ਦੇਖਣਾ ਚਾਹੁੰਦਾ ਵਾਂ ਅਗਲਾ ਬੰਦਾ ਵੀ ਆ ਕੇ ਮੈਨੂੰ ਉਹੀ ਦਿਖਾਵੇ। ਇਹ ਚੀਜ਼ਾਂ ਸਾਰੀਆਂ ਮੁਨਾਫਕਤ ਦੇ ਵਿੱਚ ਹੋ ਜਾਂਦੀਆਂ ਨੇ। ਅੱਲਾਹ ਤਾਲਾ ਕੋਲ ਦੁਆ ਕਰਨੀ ਚਾਹੀਦੀ ਅੱਲਾਹ ਤਾਲਾ ਸਾਨੂੰ ਇੱਦਾਂ ਦੀਆਂ ਚੀਜ਼ਾਂ ਤੋਂ ਦੂਰ ਰੱਖੇ, ਸਾਨੂੰ ਅੱਛੇ ਕੰਮ ਕਰਨ ਦੀ ਤੌਫੀਕ ਦੇਵੇ। ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ। ਸਾਡਾ ਯੂਟਿਊਬ ਚੈਨਲ ਹੈਗਾ 145 ਫਾਊਂਡੇਸ਼ਨ, ਇਹਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਲਾਜ਼ਮੀ ਕਰਨਾ। ਆਪਣਾ ਖਿਆਲ ਰੱਖਣਾ, ਮੈਨੂੰ ਦੁਆ 'ਚ ਯਾਦ ਰੱਖਣਾ। ਅੱਲਾਹ ਦੇ ਹਵਾਲੇ।